ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ ਸਾਂਝਾ ਪੰਜਾਬ। ਕੀ ਨਾਮ ਆ, ਕੀ ਕਹਿਣਾ ਚਾਹੁੰਦੇ ਹੋ, ਬਾਰਿਸ਼ ਹੋਣ ਰਹੀ ਅੱਜ? ਮੇਰਾ ਨਾਮ ਵਿਨੋਦ ਅਰੋੜਾ ਜੀ। ਕੁਦਰਤ ਅੱਜ ਮਿਹਰਬਾਨ ਹੋਈ ਹੈ, ਅੱਜ ਬਰਸਾਤ ਹੋਈ ਹੈ, ਸਾਰਿਆਂ ਦੇ ਚਿਹਰੇ ਖੁਸ਼ੀ ਨਾਲ ਖਿਲ ਗਏ ਆ, ਕਿਉਂਕਿ ਬਹੁਤ ਗਰਮੀ ਸੀ ਭਾਜੀ, 47-48 ਡਿਗਰੀ ਟੈਂਪਰੇਚਰ ਔਰ ਬਹੁਤ ਜ਼ਿਆਦਾ ਲੂ ਸੀ, ਜਿਹਦੇ ਨਾਲ ਨਾ ਸਾਰੇ ਲੋਕ ਮਤਲਬ ਹੋਸ਼ ਹੋਏ ਪਏ ਸੀ, ਅਤੇ ਅੱਜ ਕੁਦਰਤ ਨੇ ਹਰ ਚਿਹਰਾ ਖਿਲਾਤਾ, ਕਿਉਂਕਿ ਇਸ ਤੋਂ ਬਿਨਾਂ ਹਰ ਏਸੀ ਫੇਲ ਸੀ ਯਾਰ ਜੀ। ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਬਰਸਾਤ ਹੋਈ ਹੈ ਅਤੇ ਧਰਤੀ ਮਾਂ ਨੂੰ ਠੰਡ ਪਹੁੰਚੀ ਹੈ, ਔਰ ਪਰਮਾਤਮਾ ਕਰੇ ਕਿ 2-4 ਦਿਨ ਲਗਾਤਾਰ ਰੱਜ ਕੇ ਮੀਂਹ ਪਵੇ, ਜਿਹੜਾ ਕਿ ਜਿੰਨੀ ਗਰਮੀ ਅੱਜ ਤੱਕ ਪੈ ਚੁੱਕੀ ਹੈ, ਜਿੰਨੀ ਧਰਤੀ ਦੇ ਅੰਦਰ ਤਪਸ਼ ਹੈ, ਉਹ ਠੰਡੀ ਹੋ ਸਕੇ। ਮੇਰਾ ਨਾਮ ਵਿਕਰਮ ਹੈ ਜੀ। ਮੈਂ ਅੱਜ ਤੁਹਾਡੇ ਸਾਹਮਣੇ, ਬਾਰਿਸ਼ ਹੋ ਰਹੀ ਹੈ, 46-47 ਡਿਗਰੀ ਟੈਂਪਰੇਚਰ ਹੋ ਚੁੱਕਿਆ ਹੈ। ਆਪਾਂ ਉਸ ਮਾਲਕ ਦਾ ਅਕਾਲ ਪੁਰਖ ਦਾ ਧੰਨਵਾਦ ਕਰਦੇ ਹਾਂ ਜਿਹਨੇ ਠੰਡਾ ਮੌਸਮ ਕੀਤਾ ਹੈ। ਲੂ ਵੱਗ ਰਹੀ ਹੋਏ ਹੋਲਡ ਵੇਵਸ ਚੱਲ ਰਹੀ ਸੀ, ਅਤੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਨਾਲ ਕਿ ਰੁੱਖ ਲਾਓ, ਵਾਤਾਵਰਨ ਨੂੰ ਸਾਂਭੀਏ, ਇਹ ਸਾਡਾ ਫਰਜ਼ ਬਣਦਾ ਹੈ। ਰਾਹਤ ਮਿਲੇਗੀ ਅੱਜ ਦੀ ਸਰ? ਅੱਜ ਬਹੁਤ ਹੈ, ਟੈਂਪਰੇਚਰ 30 ਦੇ ਲਾਗੇ ਆ ਗਿਆ ਸਰ, 46-47 ਸੀ, ਬਾਜ਼ਾਰ ਸੁੰਨੇ ਪਏ ਸੀ ਸਰ। ਹੁਣ ਇਹਦੇ ਨਾਲ ਲੋਕਾਂ ਦੇ ਕੰਮਾਂ 'ਚ ਵੀ ਥੋੜ੍ਹਾ ਫਰਕ ਪਏਗਾ, ਬਾਜ਼ਾਰ 'ਚ ਚਹਿਲ ਪਹਿਲ ਹੋਏਗੀ, ਲੋਕਾਂ ਦੇ ਕੰਮ ਚੱਲਣਗੇ ਸਰ। ਪੰਛੀਆਂ ਦੇ ਕਿੰਨਾ ਅਸਰ ਪਏਗਾ? ਸਰ ਬਹੁਤ ਪਏਗਾ, ਤੁਹਾਨੂੰ ਜਿੱਦਾਂ ਕਹਿ ਰਿਹਾ ਕਿ ਹੋਟ ਵੇਵ ਚੱਲ ਰਹੀ ਹੈ ਸੀ, ਮਤਲਬ ਵੀ ਬੰਦੇ ਘਰੋਂ ਨਹੀਂ ਨਿਕਲ ਪਾ ਰਹੇ, ਅਤੇ ਪੰਛੀਆਂ ਦਾ ਉੱਥੇ ਬੜਾ ਬੁਰਾ ਹਾਲ ਹੋ ਰਿਹਾ ਸੀ। ਅਤੇ ਇੱਕ ਅਪੀਲ ਕਰਾਂਗੇ ਫਿਰ ਲੋਕਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਇਹਨੂੰ, ਵਾਤਾਵਰਨ ਨੂੰ, ਇਸ ਕੁਦਰਤ ਨੂੰ ਸਾਂਭੀਏ, ਰੁੱਖ ਲਾਈਏ, ਇਹਦੀ ਸਾਂਭ ਸੰਭਾਲ ਕਰੀਏ, ਜੋ ਆਉਣ ਵਾਲੀ ਪੀੜ੍ਹੀ ਸਾਨੂੰ ਕੋਸੇ ਨਾ, ਅਤੇ ਸਾਡੇ ਹੱਥ 'ਚ